ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਲੱਗੇ ਹਾਂ ਆਮਲਿਆਂ ਦੀ ਖੱਟੀ ਮਿੱਠੀ ਚਟਨੀ ਬਣਾਉਣ। ਇਹਦੇ ਵਾਸਤੇ ਲੈ ਲਿਆ ਆਪਾਂ ਅੱਧਾ ਕਿਲੋ ਆਮਲਾ ਅਤੇ ਪਾਣੀ ਉਬਲਣਾ ਆਪਾਂ ਚੁੱਲ੍ਹੇ ਦੇ ਉੱਤੇ ਰੱਖ ਦਿੱਤਾ ਵਾ। ਅਤੇ ਸਭ ਤੋਂ ਪਹਿਲਾਂ ਆਪਾਂ ਆਮਲਿਆਂ ਨੂੰ ਉਬਾਲ ਲਵਾਂਗੇ। ਪਾਣੀ ਆਪਣਾ ਗਰਮ ਹੋ ਚੁੱਕਾ ਅਤੇ ਆਪਾਂ ਆਮਲੇ ਪਾਣੀ ਦੇ ਵਿੱਚ ਪਹਿਲਾਂ ਪਾ ਦਾਂਗੇ। ਆਮਲਿਆਂ ਨੂੰ ਹੁਣ ਆਪਾਂ ਢੱਕ ਦੇਵਾਂਗੇ। ਲਗਭਗ 15 ਤੋਂ 20 ਮਿੰਟ ਆਪਾਂ ਇਹਨਾਂ ਨੂੰ ਉਬਲਦੇ ਰਹਿਣ ਦੇਵਾਂਗੇ। ਆਮਲੇ ਆਪਣੇ ਉਬਲ ਕੇ ਤਿਆਰ ਹੋ ਗਏ ਆ ਅਤੇ ਹੁਣ ਇਹਨਾਂ ਨੂੰ ਆਪਾਂ ਪਾਣੀ ਦੇ ਵਿੱਚੋਂ ਕੱਢ ਦੇਵਾਂਗੇ। ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਠੰਡੇ ਹੋਣ ਦੇਵਾਂਗੇ ਅਤੇ ਉਸ ਤੋਂ ਬਾਅਦ ਜਿਹੜੀਆਂ ਇਹਦੀਆਂ ਗਿਟਕਾਂ ਆ ਉਹ ਆਪਾਂ ਵਿੱਚੋਂ ਕੱਢ ਦੇਵਾਂਗੇ ਅਤੇ ਜਿਹੜੇ ਇਹਦੇ ਪੀਸ ਆ ਉਹ ਆਪਾਂ ਅਲੱਗ ਕਰ ਲਵਾਂਗੇ। ਤੜਕੇ ਵਾਸਤੇ ਜਿਹੜੀ ਸਮੱਗਰੀ ਲਈ ਉਹ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ। ਨਮਕ ਲਿਆ ਆਪਾਂ, ਜੀਰਾ, ਸੌਂਫ, ਥੋੜ੍ਹੀ ਜਿਹੀ ਕਲੌਂਜੀ, ਥੋੜ੍ਹੀ ਦੇਗੀ ਮਿਰਚ। ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ। ਅਤੇ ਇਹ ਮੈਂ 2 ਵੱਡੇ ਪੀਸ ਜਿਹੜੇ ਆ ਉਹ ਗੁੜ ਦੇ ਲਏ ਆ, ਲਗਭਗ 300 ਗ੍ਰਾਮ ਦੇ ਕਰੀਬ ਇਹ ਗੁੜਾ। ਅਤੇ ਆਮਲੇ ਜਿਹੜੇ ਸੀਗੇ ਆਪਣੇ ਸੀਗੇ 1/2 ਕਿਲੋ, ਅਤੇ 1/2 ਕਿਲੋ ਦੇ ਵਿੱਚੋਂ 100 ਗ੍ਰਾਮ ਜਿਹੜੀਆਂ ਉਹ ਗਿਟਕਾਂ ਨਿਕਲ ਗਈਆਂ ਅਤੇ 400 ਗ੍ਰਾਮ ਆਪਣਾ ਆਮਲਾ ਬਚਿਆ। ਅਤੇ ਹੁਣ ਆਪਾਂ ਸਭ ਤੋਂ ਪਹਿਲਾਂ ਕੜਾਹੀ ਰੱਖਾਂਗੇ ਉੱਪਰ ਅਤੇ ਉਹਦੇ ਵਿੱਚ 2 ਚਮਚ ਤੇਲ ਦੇ ਪਾਵਾਂਗੇ ਇਹਨਾਂ ਮਸਾਲਿਆਂ ਨੂੰ ਭੁੰਨਣ ਵਾਸਤੇ। ਅਤੇ ਉਸ ਤੋਂ ਬਾਅਦ ਆਪਾਂ ਜਿਹੜਾ ਗੁੜ ਵਾ ਉਹ ਪਾ ਦੇਵਾਂਗੇ। ਗੁੜ ਨੂੰ ਆਪਾਂ ਇਸ ਤਰ੍ਹਾਂ ਬਰੀਕ ਟੁਕੜਿਆਂ ਦੇ ਵਿੱਚ ਬਰੀਕ ਬਰੀਕ ਕੁੱਟ ਲਿਆ ਵਾ। ਆਮਲਿਆਂ ਨੂੰ ਆਪਾਂ ਇਸ ਤਰ੍ਹਾਂ ਇਹਦੀਆਂ ਗਿਟਕਾਂ ਸਾਰੀਆਂ ਕੱਢ ਦਿੱਤੀਆਂ ਅਤੇ ਹੁਣ ਆਪਾਂ ਇਹਨੂੰ ਮਦਨੀ ਦੇ ਨਾਲ ਥੋੜ੍ਹਾ ਬਰੀਕ ਇਸ ਤਰ੍ਹਾਂ ਕਰ ਲਵਾਂਗੇ, ਕਿਉਂਕਿ ਮੈਂ ਪੀਸਾਂ ਦੇ ਨਹੀਂ ਬਣਾਉਣਾ, ਮੈਂ ਥੋੜ੍ਹਾ ਮੈਲਟ ਕਰਕੇ ਬਣਾਉਣਾ ਵਾ, ਇਸ ਕਰਕੇ ਮੈਂ ਇਹਨਾਂ ਨੂੰ ਬਰੀਕ ਬਰੀਕ ਇਸ ਤਰ੍ਹਾਂ ਕਰ ਲਵਾਂਗੀ। ਤੁਸੀਂ ਚਾਹੋ ਤਾਂ ਇਸ ਤਰ੍ਹਾਂ ਪੀਸ ਵੀ ਰੱਖ ਸਕਦੇ ਹੋ, ਆਪਣੀ ਪਸੰਦ ਆ ਤੁਹਾਡੀ, ਪਰ ਮੈਂ ਇਹਨੂੰ ਬਿਲਕੁਲ ਇਸ ਤਰ੍ਹਾਂ ਕਰ ਦੇਣਾ ਮੈਲਟ। ਤੜਕੇ ਵਾਸਤੇ ਆਪਾਂ ਲੈ ਰਹੇ ਹਾਂ ਸਰ੍ਹੋਂ ਦਾ ਤੇਲ, 2 ਚਮਚ ਹੀ ਤੇਲ ਦੇ ਪਾਉਣੇ, ਜ਼ਿਆਦਾ ਨਹੀਂ। ਤੇਲ ਆਪਣਾ ਗਰਮ ਹੋ ਗਿਆ ਅਤੇ ਇਹਦੇ ਵਿੱਚ ਆਪਾਂ ਸੌਂਫ ਪਾ ਦਾਂਗੇ, ਨਾਲ ਹੀ ਜੀਰਾ, ਨਮਕ ਅਤੇ ਕਾਲੀ ਮਿਰਚ ਆਪਾਂ ਬਾਅਦ ਵਿੱਚ ਪਾਵਾਂਗੇ ਕਿਉਂਕਿ ਤੇਲ ਦੇ ਵਿੱਚ ਸੜ ਜਾਣੀ ਬਹੁਤ ਛੇਤੀ। ਇਹਦੇ ਨਾਲ ਹੀ ਆਪਾਂ ਗੁੜ ਪਾ ਦੇਵਾਂਗੇ। ਗੁੜ ਨੂੰ ਹੁਣ ਆਪਾਂ ਮੈਲਟ ਹੋਣ ਦੇਵਾਂਗੇ ਚੰਗੀ ਤਰ੍ਹਾਂ। ਗੁੜ ਆਪਣਾ ਮੈਲਟ ਹੋ ਗਿਆ ਅਤੇ ਹੁਣ ਆਪਾਂ ਇਹਦੇ ਵਿੱਚ ਨਮਕ, ਕਾਲੀ ਮਿਰਚ ਅਤੇ ਕਲੌਂਜੀ ਸੀਡ ਜਿਹੜੇ ਲਏ ਸੀ ਉਹ ਪਾ ਦਾਂਗੇ। ਇਹਦੇ ਨਾਲ ਹੀ ਆਪਾਂ ਆਮਲਾ ਵੀ ਪਾ ਦੇਣ ਲੱਗੇ ਹਾਂ, ਜਿਹੜਾ ਕਿਸ ਤਰ੍ਹਾਂ ਆਪਾਂ ਦੇਖੋ ਮਦਨੀ ਦੇ ਨਾਲ ਬਿਲਕੁਲ ਇਹਨੂੰ ਬਰੀਕ ਕਰ ਲਿਆ ਹੈ। ਖੱਟੀ ਮਿੱਠੀ ਚਟਨੀ ਆਪਣੀ 5 ਮਿੰਟ ਦੇ ਵਿੱਚ ਹੀ ਦੇਖੋ ਬਣ ਕੇ ਤਿਆਰ ਹੋ ਗਈ ਆ। ਅਤੇ ਇਹ ਸਿਹਤ ਵਾਸਤੇ ਵੀ ਬਹੁਤ ਵਧੀਆ ਹੁੰਦੇ ਆ ਆਮਲੇ, ਅਤੇ ਖਾਣ ਨੂੰ ਵੀ ਬਹੁਤ ਟੇਸਟੀ ਹੁੰਦੀ ਆ। ਤਾਂ ਇਹਨੂੰ ਆਪਾਂ 3-4 ਮਿੰਟ ਹੁਣ ਪਕਾ ਲਾਂਗੇ, ਥੋੜ੍ਹਾ ਜਿਹੜਾ ਇਹਦਾ ਵਿੱਚ ਪਾਣੀ ਆ ਉਹ ਸੁੱਕ ਜਾਵੇ ਤਾਂ ਕਿ ਇਹ ਜਲਦੀ ਖਰਾਬ ਨਾ ਹੋਵੇ। ਜੇ ਤੁਸੀਂ ਇਹਨੂੰ ਸਟੋਰ ਕਰਨਾ ਹੈ ਤਾਂ ਸਟੋਰ ਕਰਕੇ ਵੀ ਰੱਖ ਸਕਦੇ ਹੋ, ਇਹ ਜਲਦੀ ਖਰਾਬ ਨਹੀਂ ਹੁੰਦੀ, 3-4 ਮਹੀਨੇ ਆਰਾਮ ਨਾਲ ਕੱਢ ਜਾਂਦੀ ਹੈ। ਜੇ ਤੁਸੀਂ ਇਹਦੇ ਵਿੱਚ ਕੋਈ ਕਲਰ ਵਗੈਰਾ ਪਾਉਣਾ, ਫੂਡ ਕਲਰ ਤੁਸੀਂ ਪਾ ਸਕਦੇ ਹੋ, ਪਰ ਮੈਂ ਕੁਛ ਨਹੀਂ ਪਾਇਆ ਤਾਂ ਵੀ ਇਹਦਾ ਕਲਰ ਦੇਖੋ ਬਿਲਕੁਲ ਜਿਸ ਤਰ੍ਹਾਂ ਔਰੇਂਜ ਜਿਹਾ ਕਲਰ ਆ ਗਿਆ। ਅਤੇ ਹੁਣ ਆਪਾਂ ਇਹਨੂੰ ਉਤਾਰ ਕੇ ਠੰਡੀ ਕਰਕੇ ਉਸ ਤੋਂ ਬਾਅਦ ਇਹਨੂੰ ਆਪਾਂ ਕਿਸੇ ਕੱਚ ਦੇ ਭਾਂਡੇ ਦੇ ਵਿੱਚ ਸਟੋਰ ਕਰ ਲਵਾਂਗੇ।
ਕਿਸੇ ਵੇਲੇ ਜੇ ਤੁਹਾਡੇ ਕੋਲ ਕੋਈ ਸਬਜ਼ੀ ਵਗੈਰਾ ਖਾਣ ਨੂੰ ਨਹੀਂ ਹੈਗੀ, ਤੁਸੀਂ ਨਹੀਂ ਬਣਾਈ ਹੋਈ, ਤਾਂ ਤੁਸੀਂ ਚਟਨੀ ਦੇ ਨਾਲ ਵੀ ਰੋਟੀ ਖਾ ਸਕਦੇ ਹੋ। ਇਹਦੇ ਨਾਲ ਵੀ ਬਹੁਤ ਸਵਾਦ ਲੱਗਦੀ ਹੈ ਰੋਟੀ। ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ, ਚੈਨਲ ਸਬਸਕ੍ਰਾਈਬ ਕਰੋ, ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਨੂੰ ਸਾਡੀਆਂ ਵੀਡੀਓ ਕਿਸ ਤਰ੍ਹਾਂ ਦੀਆਂ ਲੱਗ ਰਹੀਆਂ ਨੇ। ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਅਲੱਗ ਅਲੱਗ ਵੀਡੀਓ ਲੈ ਕੇ ਆਉਂਦੇ ਰਹਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।